ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 22 YouTube ਆਧਾਰਿਤ ਨਿਊਜ਼ ਚੈਨਲਾਂ ਨੂੰ ਬਲੌਕ ਕਰਨ ਦੇ ਹੁਕਮ ਦੇ ਦਿੱਤੇ ਨੇ ਜਿਨ੍ਹਾਂ ਵਿੱਚੋਂ 4 ਚੈਨਲ ਪਾਕਿਸਤਾਨ ਦੇ ਨੇ ਇਹਨਾਂ ਤੇ ਦੋਸ਼ ਲਾਇਆ ਗਿਆ ਹੈ ਕਿ ਇਹ ਚੈਨਲ ਫਰਜ਼ੀ ਖਬਰਾਂ ਫੈਲਾ ਰਹੇ ਸੀ ਜੋ ਕੌਮੀ ਸੁਰੱਖਿਆ ਵਿਦੇਸ਼ੀ ਸਬੰਧਾਂ ਤੇ ਜਨਤਕ ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਮੰਤਰਾਲੇ ਨੇ ਝਾਲੀ ਖਬਰਾਂ ਦੇਣ ਦੇ ਇਲਜ਼ਾਮ ਦੇ ਵਿੱਚ 3 ਟਵਿੱਟਰ ਖਾਤੇ ਇੱਕ Facebook ਅਕਾਊਂਟ ਤੇ ਇੱਕ ਨਿਊਜ਼ ਵੈੱਬਸਾਈਟ ਨੂੰ ਵੀ ਬਲੌਕ ਕੀਤਾ ਹੈ 22 ਚੈਨਲਾਂ ਦੇ ਵਿੱਚੋਂ 18 ਭਾਰਤੀ YouTube ਨਿਊਜ਼ ਚੈਨਲ ਨੇ ਤੇ 4 ਪਾਕਿਸਤਾਨ ਦੇ ਚੈਨਲ ਨੇ ਮੰਤਰਾਲੇ ਨੇ ਦੋਸ਼ ਲਾਇਆ ਕਿ YouTube ਚੈਨਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਵੱਡੇ ਟੀਵੀ ਨਿਊਜ਼ ਚੈਨਲਾਂ ਦੇ ਲੋਗੋ ਵੀ ਵਰਤਦੇ ਸਨ ਮੰਤਰਾਲੇ ਨੇ ਆਈਟੀ ਰੂਲਸ 2021 ਦੇ ਤਹਿਤ ਐਮਰਜੈਂਸੀ ਪਾਵਰ ਦਾ ਇਸਤੇਮਾਲ ਕਰਦਿਆਂ ਇੱਕ ਕਦਮ ਚੁੱਕਿਆ ਹੈ ਬਲੌਕ ਕੀਤੇ ਗਏ YouTube ਚੈਨਲਾਂ ਦੇ ਨਾਲ ਕੁੱਲ 260 ਕਰੋੜ ਦਰਸ਼ਕ ਜੁੜੇ ਹੋਏ ਸਨ ਮੰਤਰਾਲੇ ਮੁਤਾਬਕ ਇਹਨਾਂ ਚੈਨਲਾਂ ਨੇ ਜੰਮੂ ਕਸ਼ਮੀਰ ਯੂਕਰੇਨ ਤੇ ਭਾਰਤੀ ਫੌਜ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਸੋਸ਼ਲ ਮੀਡੀਆ ਤੇ ਝਾਲੀ ਖਬਰਾਂ ਤੇ ਗਲਤ ਜਾਣਕਾਰੀਆਂ ਫੈਲਾਈਆਂ ਬੰਦ ਕੀਤੇ ਗਏ ਚੈਨਲ ਕਿਹੜੇ-ਕਿਹੜੇ ਨੇ ਉਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ARP News AOP News L डीसी न्यूज़ सरकारी बाबू एसएस ज़ोन हिंदी स्मार्ट न्यूज़ न्यूज़ 23 हिंदी ऑनलाइन खबर डीपी न्यूज़ पीकेबी न्यूज़ किसान तक बोराना न्यूज़ सरकारी न्यूज़ अपडेट भारत मौसम आरजे ज़ोन एग्जाम रिपोर्ट डिजिटल गुरुकुल दिन भर की खबरें ये सारे चैनल शामिल ਨੇ ਤੇ पाकिस्तान ਦੇ ਜਿਹੜੇ ਚੈਨਲ ਨੇ ਜਿਹੜੇ ਭਾਰਤ ਦੇ ਵਿੱਚ ਹੁਣ ਨਹੀਂ ਦੇਖੇ ਜਾ ਸਕਣਗੇ ਦੁਨੀਆ ਮੇਰੀ ਅੱਗੇ ਗੁਲਾਮ نبی ਮਦਨੀ ਹਕੀਕਤ टीवी ਤੇ ਹਕੀਕਤ टीवी 2.0 ਇਹ ਚੈਨਲ ਬਲਾਕ ਕੀਤੇ ਗਏ ਨੇ ਇਸ ਦੇ ਨਾਲ ਹੀ ਪਾਕਿਸਤਾਨ ਦੀ ਵੈਬਸਾਈਟ ਦੁਨੀਆ ਮੇਰੀ ਅੱਗੇ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ ਗੁਲਾਮ ਨਵੀ ਮਦਨੀ ਦੁਨੀਆ ਮੇਰੀ ਅੱਗੇ ਤੇ ਹਕੀਕਤ ਟੀਵੀ ਇਹਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ ਤੇ ਦੁਨੀਆ ਮੇਰੀ ਅੱਗੇ ਦਾਤਾ ਫੇਸਬੁੱਕ ਪੇਜ ਵੀ ਬਲਾਕ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ 21 ਜਨਵਰੀ ਨੂੰ ਵੀ ਕੇਂਦਰ ਸਰਕਾਰ ਨੇ 35 YouTube ਚੈਨਲਾਂ ਨੂੰ ਬੰਦ ਕਰ ਦਿੱਤਾ ਸੀ ਮੰਤਰਾਲੇ ਨੇ ਖੁਫੀਆ ਸੂਚਨਾ ਦੇ ਆਧਾਰ ਤੇ 35 YouTube ਚੈਨਲ 2 Instagram ਅਕਾਊਂਟ 2 ਵੈਬਸਾਈਟਾਂ ਤੇ ਇੱਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਸਨ ਇਹ ਸਾਰੇ ਅਕਾਊਂਟ ਪਾਕਿਸਤਾਨ ਤੋਂ ਚਲਾਏ ਜਾਣ ਦੀ ਜਾਣਕਾਰੀ ਭਾਰਤ ਸਰਕਾਰ ਨੇ ਦਿੱਤੀ ਸੀ ਇਹਨਾਂ ਉੱਤੇ ਵੀ ਝੂਠੀਆਂ ਖਬਰਾਂ ਤੇ ਭਾਰਤ ਵਿਰੋਧੀ ਖਬਰਾਂ ਚਲਾਉਣ ਦੇ ਦੋਸ਼ ਲਗੇ ਸੀ